ਹੁਣ ਵੇਲੇ ਦੀ ਵੱਡੀ ਖਬਰ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ। 23 ਦਸੰਬਰ 1995 ਚ ਘੰਟਾ ਘਰ ਚੌਂਕ ਨੇੜੇ ਹੋਏ ਬੰਬ ਧਮਾਕੇ ਦੇ ਮਾਮਲੇ ਚ ਵਿਚਾਰ ਅਧੀਨ ਕੈਦੀ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਇਹ ਮਾਮਲਾ ਥਾਣਾ ਕੋਤਵਾਲੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ। ਹਵਾਰਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਚ ਤਿਹਾੜ ਜੇਲ੍ਹ ਵਿਚ ਸਜ਼ਾ ਕੱਟ ਰਿਹਾ। ਇਹ ਦੇਖੋ ਭਾਈ ਜਗਤਾਰ ਸਿੰਘ ਹਵਾਰਾ ਦੇ ਉੱਤੇ ਇਹ ਕੋਤਵਾਲੀ ਥਾਣੇ ਦਾ 1995 ਦਾ ਕੇਸ ਸੀਗਾ। FIR ਨੰਬਰ 134 23/12/1995 ਨੂੰ ਇੱਕ ਜਦੋਂ ਉਹ 133/95 ਜਿਹੜਾ ਘੰਟਾ ਘਰ ਬਲਾਸਟ ਵਾਲਾ ਕੇਸ ਸੀਗਾ ਉਹਦੇ ਵਿੱਚ ਸੀਗੇ ਅਤੇ ਉਹਦੀ ਪੁੱਛਗਿੱਛ ਦੇ ਵਿੱਚ ਪੁਲਿਸ ਨੇ ਇਹ ਜਿਹੜਾ ਕੇਸ 134/95 ਦਰਜ ਕੀਤਾ ਸੀ, ਜਿਹਦੇ ਤਹਿਤ ਇਹਨਾਂ ਕੋਲੋਂ ਪ੍ਰੋਸੀਕਿਊਸ਼ਨ ਨੇ ਪੁਲਿਸ ਨੇ ਕੁੰਦਨਪੁਰੀ ਇਲਾਕੇ ਬੁੱਢੇ ਨਾਲੇ ਦੇ ਨਜ਼ਦੀਕ ਤੋਂ 5 ਕਿਲੋ RDX, 1 AK-56 ਰਾਈਫਲ ਅਸਾਲਟ ਅਤੇ ਇੱਕ ਉਹਦਾ ਮੈਗਜ਼ੀਨ, 7 ਗੋਲੀਆਂ, 1 ਵਾਇਰਲੈਸ ਸੈੱਟ, ਵਾਕੀ ਟੋਕੀ ਅਤੇ 1 ਰਿਮੋਟ ਕੰਟਰੋਲ ਬਲਾਸਟ ਵਾਲਾ ਉਹ ਜਿਹੜੀ ਇਹ ਰਿਕਵਰੀ ਦਿਖਾਈ ਸੀਗੀ। ਉਸ ਤੋਂ ਬਾਅਦ ਫਿਰ ਜਦੋਂ ਇਹ ਕੇਸ ਦੇ ਵਿੱਚ ਰਿਮਾਂਡ 'ਤੇ ਵੀ ਰਿਹਾ, ਮੁੜ ਕੇ ਥੋੜ੍ਹਾ ਚਿਰ ਕੇਸ ਚੱਲਿਆ, ਚਲਾਨ ਨਹੀਂ ਆਇਆ ਉਦੋਂ ਕੇਸ ਦਾ, ਅਤੇ 268 CRPC ਦਾ ਨੋਟੀਫਿਕੇਸ਼ਨ ਹੋ ਗਿਆ ਸੀ ਬੇਅੰਤ ਮਰਡਰ ਕੇਸ ਦੇ ਵਿੱਚ। ਚੰਡੀਗੜ੍ਹ ਬਰੈਲ ਜੇਲ੍ਹ ਦੇ ਵਿੱਚ ਕੇਸ ਚੱਲਿਆ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਲਿਆਂਦਾ ਨਹੀਂ ਗਿਆ। 2015 ਦੇ ਵਿੱਚ ਜਦੋਂ ਸਾਡੇ ਧਿਆਨ ਦੇ ਵਿੱਚ ਇਹ ਆਇਆ ਵੀ ਇਹ ਕੇਸ ਵੀ ਇੱਕ ਪੈਂਡਿੰਗ ਹੈਗਾ, ਅਤੇ ਅਸੀਂ ਆਪ ਐਪਲੀਕੇਸ਼ਨ ਲਾ ਕੇ ਅਤੇ ਇਹ ਕੇਸ ਸ਼ੁਰੂ ਕਰਾਇਆ ਸੀ, ਜਿਹਦੇ ਤਹਿਤ ਜਿਹੜੀਆਂ ਇਹਦੇ 'ਚ ਸਰਕਾਰੀ ਗਵਾਹੀਆਂ ਹੋਈਆਂ ਅਤੇ ਪਿਛਲੇ ਦਿਨੀ ਜਿਹੜੀ 313 ਦੀ ਸਟੇਟਮੈਂਟ ਵੀ ਜਿਹੜੀ ਆ, ਸਾਰਾ ਕੇਸ ਥਰੂ ਵੀਡੀਓ ਕਾਨਫਰੰਸਿੰਗ ਹੀ ਚੱਲਿਆ ਅਤੇ 313 ਵੀਡੀਓ ਕਾਨਫਰੰਸਿੰਗ 'ਤੇ ਹੋਈ ਅਤੇ ਪਿਛਲੇ ਦਿਨੀ ਬਹਿਸ ਹੋ ਗਈ ਸੀ, ਪਰਸੋਂ ਫਾਈਨਲ ਆਰਗੂਮੈਂਟ ਹੋ ਗਈ ਸੀ। ਅੱਜ ਅਡੀਸ਼ਨਲ ਸੈਸ਼ਨ ਜੱਜ 1 ਲੁਧਿਆਣਾ ਸ਼੍ਰੀ ਅਰੁਣਵੀਰ ਵਸ਼ਿਸ਼ਟ ਨੇ ਜਿਹੜਾ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਸ ਕੇਸ ਵਿੱਚੋਂ ਬਰੀ ਕਰਨ ਦਾ ਜਿਹੜਾ ਹੁਕਮ ਸੁਣਾਇਆ। ਅਤੇ ਕਿੰਨੇ ਕੁ ਮਾਮਲੇ ਹੁਣ ਰਹਿ ਗਏ ਨੇ ਉਹਨਾਂ ਦੇ ਖਿਲਾਫ਼? ਦੇਖੋ ਟੋਟਲ ਉਹਨਾਂ ਦੇ ਉੱਤੇ ਜਿਹੜੇ ਪੈਂਡਿੰਗ ਕੇਸ ਆ ਉਹ ਲੁਧਿਆਣੇ ਦੇ 2 ਸੀ, ਅੱਜ 1 ਬਰੀ ਹੋਇਆ, 1 ਦਾ ਆਲਰੇਡੀ ਬਹਿਸ ਹੋ ਚੁੱਕੀ ਆ। ਇਹ ਕੱਲ੍ਹ ਨੂੰ ਅਤੁਲ ਕਿਸਾਨਾ ਜੱਜ ਸਾਹਿਬ ਦੇ ਜਿਹੜਾ ਉਹਨਾਂ ਫੈਸਲੇ ਦੀ ਜਿਹੜੀ ਤਰੀਕ ਹੈਗੀ ਆ ਉਹ, ਉਸ ਤੋਂ ਬਾਅਦ ਸਾਰੇ ਕੇਸ ਜਿਹੜੇ ਆ ਡਿਸਪੋਜ਼ ਹੋ ਜਾਣਗੇ ਅਤੇ ਸਿਰਫ ਇੱਕ ਕੇਸ ਜਿਹਦੇ CM ਮਰਡਰ ਕੇਸ ਦੇ ਵਿੱਚ ਉਹ ਐਜ ਬਤੌਰ ਲਾਈਫ ਕਨਵਿਕਟ ਜਿਹੜੀ ਆ ਉਹ ਸਜ਼ਾ ਤਿਹਾੜ ਜੇਲ੍ਹ ਦੇ ਵਿੱਚ ਕਰ ਰਹੇ। ਦੱਸ ਦਈਏ ਕਿ ਸਾਲ 1995 'ਚ ਲੁਧਿਆਣਾ ਦੇ ਘੰਟਾਘਰ ਚੌਂਕ 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਕੋਤਵਾਲੀ ਥਾਣਾ ਦੀ ਪੁਲਿਸ ਨੇ ਜਗਤਾਰ ਸਿੰਘ ਹਵਾਰਾ ਨੂੰ ਨਾਮਜ਼ਦ ਕੀਤਾ ਸੀ ਅਤੇ ਉਸਦੀ ਕੁੰਦਨਪੁਰੀ ਇਲਾਕੇ 'ਚ ਬੁੱਢੇ ਨਾਲੇ ਦੇ ਨੇੜੇ ਗ੍ਰਿਫਤਾਰੀ ਦਿਖਾਉਂਦੇ ਹੋਏ ਉਸ ਤੋਂ 5 ਕਿਲੋ RDX, 1 AK-56, 60 ਕਾਰਤੂਸ, 1 ਰਿਮੋਟ ਕੰਟਰੋਲ ਅਤੇ 1 ਵਾਕੀ-ਟਾਕੀ ਵਾਇਰਲੈਸ ਸੈੱਟ ਬਰਾਮਦ ਹੋਏ ਦਿਖਾਏ ਗਏ ਸੀ। ਮਾਮਲੇ 'ਚ ਚੱਲੀ ਲੰਬੀ ਸੁਣਵਾਈ ਤੋਂ ਬਾਅਦ ਅਰੁਣਵੀਰ ਵਸ਼ਿਸ਼ਟ SJ-1 ਦੀ ਅਦਾਲਤ ਨੇ ਅੱਜ ਇਹ ਫੈਸਲਾ ਸੁਣਾਇਆ। ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ। ਇਸ ਖਬਰ ਦੀ ਹਰ ਅਪਡੇਟ ਲਈ ਤੁਸੀਂ ਜੁੜੇ ਰਹੋ ਚੈਨਲ ਪੰਜਾਬ ਦੇ ਨਾਲ। ਲੁਧਿਆਣਾ ਤੋਂ ਅਨੁਪਮ ਮਹਿੰਦਰੋ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।